ਪ੍ਰਦੇਸ਼ ਮੰਤਰਾਲਾ ਨੇ Arunachal Pradesh ਵਿੱਚ ਕੁਝ ਥਾਵਾਂ ਦਾ ਨਾਮ ਬਦਲਣ ਦੇ ਚੀਨ ਦੇ ਕਦਮ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਹੈ। ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਜੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਅਜਿਹਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਇਸ ਨੂੰ ਸਿਰੇੋਂ ਖਾਰਜ ਕਰਦਾ ਹੈ। ਅਰਿੰਦਮ ਬਾਗਜੀ ਨੇ ਜ਼ੋਰ ਦੇ ਕੇ ਆਖਿਆ ਕਿ Arunachal Pradesh ਤੇਜਤਾ ਅਨਿਖੜ ਮਹਿੱਤਾ ਹੈ ਅਤੇ ਨਵੇਂ-ਨਵੇਂ ਨਾਮ ਕੱਢਣ ਦੇ ਯਤਨ ਇਸ ਹਕੀਕਤ ਨੂੰ ਨਹੀਂ ਬਦਲ ਸਕਦੇ। ਇਹ ਪ੍ਰਤੀਕਿਰਿਆ মিডিਆ ਦੀਆਂ ਉਹਨਾਂ ਖਬਰਾਂ ਦੇ ਮੱਦੇਨਜ਼ਰ ਆਈ ਹੈ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ ਵਿੱਚ 11 ਥਾਮਾਂ ਦਾ ਨਾਮ ਬਦਲ ਦਿੱਤਾ ਹੈ।